ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਸਾਂਝੇ ਤੌਰ 'ਤੇ ਗੁਰੂ ਸਰ ਕੌਂਕੇ ਦੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਹੈ ਉਸ ਵਿੱਚ ਬਾਗ ਲਗਾਇਆ ਜਾ ਰਿਹਾ ਹੈ ਵੱਖ ਵੱਖ ਕਿਸਮਾਂ ਦੇ ਬੂਟਿਆਂ ਦਾ। ਸੋ ਸਾਡੀ ਗ੍ਰੀਨ ਪੰਜਾਬ ਮਿਸ਼ਨ ਟੀਮ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਆ ਜਦੋਂ ਤੋਂ ਅਸੀਂ ਕੰਮ ਆਰੰਭਿਆ ਹੈ ਕਿ ਧਰਤੀ ਦਾ 33% ਹਿੱਸਾ ਜਿਹੜਾ ਹੈ ਉਹ ਰੁੱਖਾਂ ਨਾਲ ਸ਼ਿੰਗਾਰਿਆ ਜਾਵੇ। ਸੋ ਉਸੇ ਹੀ ਲੜੀ ਵਿੱਚ ਅੱਜ ਅਸੀਂ ਇੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਬਾਗ ਲਗਾ ਰਹੇ ਹਾਂ। ਸੋ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਚਾਹੀਦਾ ਕਿ ਆਪਣੇ ਘਰਾਂ ਵਿੱਚ, ਆਪਣੇ ਖੇਤਾਂ ਵਿੱਚ, ਮੋਟਰਾਂ 'ਤੇ ਜਿੱਥੇ ਵੀ ਜਗ੍ਹਾ ਹੈ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ ਤਾਂ ਕਿ ਧਰਤੀ ਮਾਂ ਦੀ ਸੇਵਾ ਕੀਤੀ ਜਾਵੇ। ਧਰਤੀ ਮਾਂ ਦੀ ਜਿਹੜੀ ਸੇਵਾ ਕਰਦੇ ਹੋਏ ਉਸ ਨੂੰ ਬਚਾਇਆ ਜਾਵੇ, ਪੌਣ ਪਾਣੀ ਨੂੰ ਬਚਾਇਆ ਜਾਵੇ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਪਵਣ ਗੁਰੂ ਪਾਣੀ ਪਿਤਾ। ਸੋ ਉਸ ਪਵਣ ਗੁਰੂ ਪਾਣੀ ਪਿਤਾ ਨੂੰ ਅਸੀਂ ਜੇ ਮਹੱਤਤਾ ਦਿੰਦੇ ਹਾਂ, ਗੁਰੂ ਸਾਹਿਬ ਦੇ ਪੂਰਨਿਆਂ 'ਤੇ ਚੱਲਦੇ ਹੋਏ ਵੱਧ ਤੋਂ ਵੱਧ ਦਰੱਖਤ ਲਗਾਈਏ ਤਾਂ ਕਿ ਧਰਤੀ ਨੂੰ 33% ਹਿੱਸਾ ਇਸ ਦਾ ਜਿਹੜਾ ਹੈ ਉਸ ਨੂੰ ਹਰਾ ਭਰਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਵੱਡਾ ਉਪਰਾਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਇਲਾਕੇ, ਸਾਡੇ ਪਿੰਡ ਕੌਂਕੇ ਕਲਾਂ, ਸਾਡੇ ਪਿੰਡ ਗੁਰੂ ਸਰ ਕੌਂਕੇ ਦੀ ਜਿਹੜੀ ਵਿੱਚ ਪੈਂਦੀ ਹੈ ਜਿਹੜੀ ਜ਼ਮੀਨ ਹੈ, ਇੱਥੇ ਬਾਗ ਲਾਇਆ ਜਾ ਰਿਹਾ। ਇਹ ਬੜਾ ਵਧੀਆ, ਸਾਡੇ ਇਲਾਕੇ ਨੂੰ ਬੜੀ ਵੱਡੀ ਸਹੂਲਤ ਹੋਊਗੀ ਜੀ। ਜੋ ਕੋਈ ਸੈਰ ਕਰਨ ਵਾਸਤੇ ਬੜੀ ਵਧੀਆ ਜਗ੍ਹਾ ਬਣ ਜੂਗੀ ਇਹ। ਆਉਣ ਵਾਲੇ ਸਮੇਂ 'ਚ ਅਸੀਂ ਇਸ ਆਮ ਸੰਗਤ ਨੂੰ ਅਪੀਲ ਕਰਦੇ ਹਾਂ, ਸਾਰੀ ਸੰਗਤ ਨੂੰ, ਵੀ ਜਿਹੜੀ ਇਹ ਲਹਿਰ ਆ ਇਹਨੂੰ ਮੁਹਿੰਮ ਬਣਾਇਆ ਜਾਵੇ। ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਇੱਥੇ ਵੀ ਸੇਵਾ ਕਰਕੇ ਤਨ ਮਨ ਧਨ ਨਾਲ, ਅਤੇ ਆਪਦੇ ਖੇਤਾਂ ਦੇ ਵਿੱਚ ਵੀ ਵੱਧ ਤੋਂ ਵੱਧ ਬੂਟੇ ਲਗਾਏ ਜਾਣ, ਰੁੱਖ ਲਗਾਏ ਜਾਣ, ਜਿਹਦਾ ਫਾਇਦਾ ਆਪਣਾ ਸਾਰੀ ਮਾਨਵਤਾ ਨੂੰ ਹੋਊਗਾ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ, ਖਾਸ ਕਰਕੇ ਮੈਂ ਬੇਨਤੀ ਕਰੂੰਗਾ ਵੀ ਕੌਂਕੇ ਨਗਰ ਅਤੇ ਗੁਰੂ ਸਰ ਕੌਂਕੇ ਨਗਰ ਦੀਆਂ ਸੰਗਤਾਂ ਵੱਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬੂਟਿਆਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਗ ਅੱਜ ਦੋਨਾਂ ਪਿੰਡਾਂ ਦੇ ਵਿਚਾਲੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਗ੍ਹਾ ਵਾ ਉੱਥੇ ਲਗਾਇਆ ਜਾ ਰਿਹਾ ਹੈ। ਅਤੇ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੀ ਇਸ ਕਾਰਜ ਦੇ ਵਿੱਚ ਵੱਧ ਤੋਂ ਵੱਧ ਆਪਣੇ ਤਨ ਮਨ ਧਨ ਦੇ ਨਾਲ ਸਹਿਯੋਗ ਕਰੋ ਅਤੇ ਧਰਤੀ ਮਾਂ ਦੀ ਸੇਵਾ ਦੇ ਵਿੱਚ ਅੱਗੇ ਆਵੋ। ਅਤੇ ਨਾਲ ਦੀ ਨਾਲ ਅਸੀਂ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਸਾਡੇ ਵੀਰ ਗੋਪੀ ਜੀ ਅਤੇ ਕੁਲਦੀਪ ਜੀ ਹੋਣਾਂ ਨੇ ਕੱਲ੍ਹ ਬੱਚਿਆਂ ਸਮੇਤ ਕੱਲ੍ਹ ਤੋਂ ਇੰਨੀਆਂ ਸੇਵਾਵਾਂ ਨਿਭਾਈਆਂ, ਅਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਆ ਕੇ ਇਸ ਧਰਤੀ ਮਾਂ ਦੇ ਵਿੱਚ ਸੇਵਾ ਦੇ ਵਿੱਚ ਹੱਥੀਂ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ, ਪਵਨ ਗੁਰੂ ਪਾਣੀ ਪਿਤਾ ਪਾਣੀ ਦੀ ਸ਼ੁੱਧਤਾ ਲਈ, ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਖਾਸ ਤੌਰ 'ਤੇ ਜਿਹੜੇ ਧਰਤੀ ਦੇ ਤਪਸ਼ ਨੂੰ ਘਟਾਉਣ ਵਾਸਤੇ, ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਫੈਸਲਾ ਲਿਆ ਗਿਆ ਸੀ ਕਿ ਜਿੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਗ੍ਹਾ ਜਾਂ ਖੇਤ ਨੇ ਉਹ ਅਸੀਂ ਹਰ ਗੁਰਦੁਆਰੇ ਦੇ ਨਾਲ ਸੰਬੰਧਿਤ ਇੱਕ ਬਾਗ ਅਤੇ ਜਾਂ ਜੰਗਲ ਲਾਉਣ ਦਾ ਜਿਹੜਾ ਪ੍ਰੋਗਰਾਮ ਆਰੰਭਿਆ ਸੀ। ਸੋ ਗੁਰਦੁਆਰਾ ਗੁਰੂ ਸਰ ਕੌਂਕੇ ਉੱਥੋਂ ਦੇ ਨਾਲ ਸੰਬੰਧਿਤ ਜਿਹੜੀ ਜ਼ਮੀਨ ਹੈ ਇਹ ਕੌਂਕੇ ਪਿੰਡ ਅਤੇ ਗੁਰੂ ਸਰ ਪਿੰਡ ਦੇ ਨਾਲ ਜਿਹੜੀ ਲੱਗਦੀ ਹੈ, ਸੋ ਉੱਥੇ ਜਿਹੜਾ ਇੱਕ ਏਕੜ ਦੀ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਬਾਗ ਲਾਇਆ ਜਾ ਰਿਹਾ। ਸੋ ਇਹ ਬਾਗ ਦਾ ਲਾਉਣ ਦੇ ਵਿੱਚ ਅਸੀਂ ਜਿਹੜੀ ਸਾਡੀ ਗ੍ਰੀਨ ਮਿਸ਼ਨ ਪੰਜਾਬ ਸੰਸਥਾ ਜਿਹੜੀ ਕਿ ਬਹੁਤ ਵੱਡੀਆਂ ਸੇਵਾਵਾਂ ਕਰ ਰਹੀ ਹੈ, ਸਾਡੇ ਇਲਾਕੇ ਵਿੱਚ ਬਹੁਤ ਜੰਗਲ ਲਾਏ ਇਸ ਨਾਲ ਸੰਬੰਧਿਤ ਬਹੁਤ ਸੇਵਾਵਾਂ ਕਰ ਰਹੀ ਆ।
ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਤ ਮਹਾਂਪੁਰਸ਼ਾਂ ਅਤੇ ਕਾਰ ਸੇਵਾ ਵਾਲਿਆਂ ਦਾ ਇੱਕ ਸਮਝੌਤਾ ਵਾ, ਪਰ ਜਿਹੜਾ ਜਗਰਾਉਂ ਦੇ ਵਿੱਚ ਅਸੀਂ ਕਰ ਰਹੇ ਹਾਂ ਇਹ ਜਗਰਾਉਂ ਵਿੱਚ ਗ੍ਰੀਨ ਮਿਸ਼ਨ ਪੰਜਾਬ ਜਿਹੜੀ ਆ ਸਹਿਯੋਗ ਦੇ ਕੇ ਸ਼੍ਰੋਮਣੀ ਕਮੇਟੀ ਦੇ ਇਸ ਮਿਸ਼ਨ ਨੂੰ ਜਿਹੜਾ ਕਿ ਉੱਪਰ ਚੜ੍ਹਾ ਰਹੀ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ ਦੇ ਨਾਮ ਦੇ ਉੱਤੇ ਇਸ ਦਾ ਨਾਮ ਦਿੱਤਾ ਗਿਆ। ਇਸ ਦੇ ਵਿੱਚ ਜਿਹੜੇ ਵੀ ਬੂਟੇ ਜਿਹੜੇ ਆ ਉਹ ਰਵਾਇਤੀ ਬੂਟੇ ਕਹਿ ਲਓ, ਜਿਵੇਂ ਆਪਾਂ ਗੱਲ ਕਰਦੇ ਹਾਂ ਜਿਵੇਂ ਪਿੱਪਲ ਹੈ, ਪਿਲਕਣ ਹੈ, ਬੋਹੜ ਹੈ, ਨਿੰਮ ਹੈ, ਹੋਰ ਵੀ ਜਿੰਨੇ ਸਾਰੇ ਅੰਬ, ਇਸ ਤਰ੍ਹਾਂ ਦੇ ਜਿਹੜੇ ਬੂਟੇ ਆ ਕਰੀਬ 60 ਦੇ ਕਰੀਬ ਬੂਟੇ ਆ ਜਿਹੜੀ ਇਹਦੀ ਇਹਨਾਂ ਦੇ ਹੈਗੀ ਆ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹਨਾਂ ਜਿੰਨਾ ਕਿੰਨਾ ਬੂਟਿਆਂ ਦਾ ਪੌਦਿਆਂ ਦਾ ਨਾਮ ਦਰਜਾ ਉਹ ਸਾਰੇ ਜਿਹੜੇ ਆ ਮਿਲਾ ਕੇ ਇੱਥੇ ਜਿਹੜਾ ਕਿ ਬਹੁਤ ਸੁੰਦਰ ਇੱਕ ਬਾਗ ਤਰਤੀਬ ਵਾਲਾ ਹੋਏਗਾ, ਜਿੱਥੇ ਕਿ ਉਹ ਖੁਸ਼ਬੂ ਵੀ ਦਏਗਾ, ਇੱਥੇ ਸੈਰ ਕਰਨ ਦੇ ਲਈ ਵੀ ਵੱਡਾ ਪ੍ਰਬੰਧ ਹੋਏਗਾ ਅਤੇ ਵਾਤਾਵਰਣ ਦੀ ਸ਼ੁੱਧਤਾ ਵੀ ਹੋਏਗੀ ਅਤੇ ਫਲਦਾਰ ਬੂਟੇ ਵੀ ਇਹਦੇ ਵਿੱਚ ਲਾਏ ਜਾਣਗੇ। ਸੋ ਇਹ ਜਿਹੜਾ ਪ੍ਰੋਗਰਾਮ ਗੁਰੂ ਸਾਹਿਬ ਦੀ ਕਿਰਪਾ ਨਾਲ ਅਰਦਾਸ ਕਰਨ ਦੇ ਉਪਰੰਤ ਜਿਹੜਾ ਗੁਰਦੁਆਰਾ ਗੁਰੂ ਸਰ ਕੌਂਕੇ ਦੇ ਪ੍ਰਬੰਧਾਧੀਨ ਸਾਡੇ ਇੱਥੋਂ ਦੇ ਮੈਨੇਜਰ ਸਾਹਿਬ, ਸਾਡੇ ਕੌਂਕੇ ਨਗਰ ਦੇ ਇਲਾਕੇ ਦੇ ਜਿਹੜੇ ਪੰਚ ਸਰਪੰਚ ਆਗੂ ਸਾਹਿਬਾਨ, ਗੁਰੂ ਸਰ ਨਗਰ ਦੇ ਆਗੂ ਸਾਹਿਬਾਨ, ਗ੍ਰੀਨ ਮਿਸ਼ਨ ਪੰਜਾਬ ਦੀ ਸਮੁੱਚੀ ਟੀਮ ਜਿਹੜੀ ਆ ਪਿਛਲੇ ਸਮੇਂ 'ਚ ਬਹੁਤ ਸਾਰੇ ਕਾਰਜ ਕਰ ਰਹੀ ਆ, ਸੋ ਉਹ ਸਾਰੇ ਅੱਜ ਅਸੀਂ ਇਕੱਠੇ ਹੋ ਕੇ ਇਸ ਕਾਰਜ ਦੀ ਆਰੰਭਤਾ ਕੀਤੀ ਆ। ਸੋ ਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਇਸ ਧਰਤੀ 'ਤੇ ਜਿਹੜੀ ਆ ਦੇ ਵਾਤਾਵਰਣ ਦੀ ਸ਼ੁੱਧਤਾ ਲਈ ਜਿਹੜੀ ਆ ਅਤੇ ਜਿਵੇਂ ਕਹਿੰਦੇ ਤਪਸ਼ ਨੂੰ ਘਟਾਉਣ ਵਾਸਤੇ ਜਿਹੜਾ ਇਹ ਵਿਚਾਰ ਜਿਹੜਾ ਸਾਂਝਾ ਵਿਚਾਰ ਜਿਹੜਾ ਰੱਖਿਆ ਗਿਆ ਉਸ ਨੂੰ ਜਿਹੜਾ ਸੰਪੂਰਨ ਕਰਨ, ਅਤੇ ਅਸੀਂ ਘਰ ਘਰ ਵੀ ਇਸ ਗੱਲ ਦਾ ਆਪਾਂ ਆਪਣੇ ਖੇਤਾਂ 'ਚ ਆਪਾਂ ਆਪਣੀ ਮੋਟਰਾਂ 'ਤੇ ਇਸ ਚੀਜ਼ ਦੇ ਲਈ ਅਸੀਂ ਫਿਕਰ ਕਰੀਏ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਵਾ ਉਹ ਇਸ ਚੀਜ਼ ਦੀ ਵੱਡੀ ਮੰਗ ਕਰਦਾ। ਸੋ ਮੈਂ ਬਹੁਤ ਤਹਿ ਦਿਲ ਤੋਂ ਸਮੁੱਚੇ ਗੁਰਦੁਆਰਾ ਦੇ ਪ੍ਰਬੰਧਾਂ ਦਾ, ਸਾਰੇ ਇਲਾਕੇ ਦੇ ਨਗਰ ਵਾਸੀਆਂ ਦਾ ਅਤੇ ਗ੍ਰੀਨ ਮਿਸ਼ਨ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।